ਬਾਬਰੀ ਮਸਜਿਦ ਤੇ ਰਾਮ ਜਨਮ ਭੂਮੀ ਦੇ ਵਿਵਾਦ ਦਾ ਫੈਸਲਾ ਭਾਵੇਂ ਸੁਪਰੀਮ ਕੋਰਟ ਨੇ ਪਿਛਲੇ ਸਾਲ ਕਰ ਦਿੱਤਾ, ਫੈਸਲਾ ਇਹ ਹੋਇਆ ਕਿ ਉੱਥੇ ਹੁਣ ਰਾਮ ਮੰਦਰ ਬਣ ਜਾਏਗਾ। ਬਾਬਰੀ ਮਸਜਿਦ 1992 ਵਿੱਚ ਹੀ ਢਾਈ ਜਾ ਚੁੱਕੀ ਸੀ। ਹੁਣ ਮਸਜਿਦ ਬਣਾਉਣ ਲਈ ਵੀ ਸੁਪਰੀਮ ਕੋਰਟ ਨੇ 5 ਏਕੜ ਦੇਣ ਦਾ ਜਿਹੜਾ ਫੈਸਲਾ ਕੀਤਾ ਹੈ, ਉਹ ਕਿਸ ਪਿੰਡ ਵਿੱਚ ਹੈ ਅਤੇ ਉੱਥੇ ਕੀ ਚੱਲ ਰਿਹਾ ਹੈ? ਪਿੰਡ ਦਾ ਨਾਮ ਹੈ ਧੰਨੀਪੁਰ। ਅਯੋਧਿਆ ਕਸਬੇ ਤੋਂ 25 ਕਿਲੋਮੀਟਰ ਦੂਰ ਇਹ ਜ਼ਮੀਨ ਖੇਤੀਬਾੜੀ ਵਿਭਾਗ ਦਾ ਇੱਕ 25 ਏਕੜ ਦਾ ਫਾਰਮ ਹਾਊਸ ਹੈ, ਉਸਦਾ ਇੱਕ ਹਿੱਸਾ ਹੈ ਜਿੱਥੇ ਫਿਲਹਾਲ ਫਸਲ ਲੱਗੀ ਹੋਈ ਹੈ ਝੋਨੇ ਦੀ। ਪਰ ਫਿਲਹਾਲ ਨਾ ਤਾਂ ਪਿੰਡ ਵਿੱਚ ਅਤੇ ਨਾ ਪਿੰਡ ਤੋਂ ਬਾਹਰ ਜ਼ਮੀਨ ਨੂੰ ਲੈ ਕੇ ਅਤੇ ਨਾ ਹੀ ਮਸਜਿਦ ਨੂੰ ਬਣਾਉਣ ਦੇ ਕਿਸੇ ਪਲਾਨ ਨੂੰ ਲੈ ਕੇ ਕੋਈ ਉਤਸ਼ਾਹ ਨਜ਼ਰ ਆ ਰਿਹਾ ਹੈ। ਜ਼ਮੀਨ ਦੇਣ ਦੀ ਘੋਸ਼ਣਾ ਫਰਵਰੀ 2020 ਵਿੱਚ ਹੋ ਗਈ ਸੀ, ਪਰ ਹੁਣ ਤੱਕ ਵਕਫ ਬੋਰਡ ਦੇ ਕੁਝ ਮੈਂਬਰ ਸਰਕਾਰੀ ਅਧਿਕਾਰੀਆਂ ਨਾਲ ਸਿਰਫ ਜ਼ਮੀਨ ਵੇਖਣ ਆਏ ਨੇ। ਸੁੰਨੀ ਵਕਫ ਬੋਰਡ ਦੇ ਚੇਅਰਮੈਨ ਨੇ ਜ਼ਫਰ ਅਹਿਮਦ ਫਾਰੂਕੀ, ਉਹ ਕਹਿੰਦੇ ਨੇ ਜ਼ਮੀਨ ਮਿਲਣ ਤੋਂ ਬਾਅਦ ਕੁਝ ਤੈਅ ਕਰਦੇ, ਉਸ ਤੋਂ ਪਹਿਲਾਂ ਹੀ ਕੋਰੋਨਾ ਵਾਇਰਸ ਕਰਕੇ ਲੋਕਡਾਊਨ ਲੱਗ ਗਿਆ, ਹਾਲੇ ਤੱਕ ਉਸਦੀ ਮਪੈਸ਼ ਵੀ ਨਹੀਂ ਹੋਈ। ਇੱਧਰ ਬਕਰੀਦ ਵੀ ਆ ਗਈ, ਫਿਰ 5 ਤਰੀਕ ਦਾ ਭੂਮੀ ਪੂਜਨ ਆ ਗਿਆ ਰਾਮ ਮੰਦਿਰ ਦਾ, ਹੁਣ ਜੋ ਵੀ ਕੁਝ ਹੋਏਗਾ ਉਸ ਤੋਂ ਬਾਅਦ ਹੋਏਗਾ। ਫਾਰੂਕੀ ਇਸ ਗੱਲ ਨੂੰ ਮੰਨਦੇ ਨੇ ਕਿ ਮਸਜਿਦ ਨੂੰ ਲੈ ਕੇ ਲੋਕਾਂ ਵਿੱਚ ਕੋਈ ਖਾਸ ਉਤਸ਼ਾਹ ਨਹੀਂ ਹੈ। ਅਯੋਧਿਆ ਕਸਬੇ ਵਿੱਚ ਵੀ ਕਈ ਮੁਸਲਮਾਨ ਇਹ ਪੁੱਛਦੇ ਨੇ ਕਿ ਅਖੀਰ 25 ਕਿਲੋਮੀਟਰ ਦੂਰ ਕਿਸੇ ਪਿੰਡ ਵਿੱਚ ਖੇਤਾਂ ਦੇ ਵਿੱਚ ਜ਼ਮੀਨ ਦੇਣ ਦਾ ਕੀ ਫਾਇਦਾ ਹੈ? ਮੁਸਲਮਾਨ ਤਬਕੇ ਦੇ ਵਿੱਚੋਂ ਇਹ ਵੀ ਆਵਾਜ਼ ਉੱਠਦੀ ਰਹੀ ਹੈ ਕਿ ਇੱਥੇ ਹਸਪਤਾਲ ਬਣਾ ਦਿੱਤਾ ਜਾਵੇ, ਸਕੂਲ ਕਾਲਜ ਬਣਾ ਦਿੱਤਾ ਜਾਵੇ, ਮੁਸਲਮਾਨਾਂ ਵੱਲੋਂ ਇੱਕ ਲਾਇਬ੍ਰੇਰੀ ਬਣਾ ਦਿੱਤੀ ਜਾਵੇ ਜਿਹਦੇ ਨਾਲ ਦੂਰ ਤੱਕ ਇੱਕ ਸੁਨੇਹਾ ਜਾਵੇ। ਧੰਨੀਪੁਰ ਪਿੰਡ ਵੈਸੇ ਮੁਸਲਮਾਨ ਬਹੁਗਿਣਤੀ ਹੈ। ਇੱਥੇ ਦੇ ਪ੍ਰਧਾਨ ਨੇ ਰਾਕੇਸ਼ ਕੁਮਾਰ ਯਾਦਵ, ਉਹ ਕਹਿੰਦੇ ਨੇ ਕਿ ਭਾਵੇਂ ਇੱਥੇ ਮੁਸਲਮਾਨ ਵੱਡੀ ਗਿਣਤੀ ਵਿੱਚ ਨੇ, ਪਰ ਮਸਜਿਦ ਨੂੰ ਬਣਾਉਣ ਨੂੰ ਲੈ ਕੇ ਕੋਈ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਹੈ। ਉਹ ਨਾਲ ਇਹ ਵੀ ਕਹਿੰਦੇ ਨੇ ਕਿ ਪਿੰਡ ਦੇ ਕੁਝ ਲੋਕ ਉਦੋਂ ਖੁਸ਼ ਹੋਏ ਸੀ ਜਦੋਂ ਇਹ ਫੈਸਲਾ ਹੋਇਆ ਸੀ ਕਿ ਇੱਥੇ ਜ਼ਮੀਨ ਦਿੱਤੀ ਗਈ ਹੈ ਮਸਜਿਦ ਲਈ, ਜਿਹੜੀ ਬਾਬਰੀ ਮਸਜਿਦ ਦੇ ਢਾਏ ਜਾਣ ਦੇ ਮੁਆਵਜ਼ੇ ਵਜੋਂ ਇੱਥੇ ਬਣੇਗੀ, ਕਿਉਂਕਿ ਲੋਕਾਂ ਨੂੰ ਲੱਗਾ ਸੀ ਕਿ ਇਸ ਨਾਲ ਪਿੰਡ ਨੂੰ ਇੱਕ ਅੰਤਰਰਾਸ਼ਟਰੀ ਪਛਾਣ ਮਿਲ ਜਾਵੇਗੀ। ਪਰ ਯਾਦਵ ਅੱਗੇ ਵੀ ਕਹਿੰਦੇ ਨੇ ਕਿ ਜਦੋਂ ਘੋਸ਼ਣਾ ਹੋਈ ਸੀ ਤਾਂ ਲੋਕ ਵੇਖਣ ਆਏ ਸੀ, ਪਰ ਉਸ ਤੋਂ ਬਾਅਦ ਕੋਈ ਪੁੱਛਣ ਨਹੀਂ ਆਇਆ। ਜ਼ਮੀਨ ਤਾਂ ਉਦੋਂ ਜਿਵੇਂ ਪਈ ਸੀ ਹੁਣ ਵੀ ਉਵੇਂ ਪਈ ਹੈ। ਹਾਂ, ਖਾਲੀ ਪਈ ਸੀ ਤਾਂ ਝੋਨਾ ਵੀ ਬੀਜਿਆ ਗਿਆ। ਮਪੈਸ਼ ਹੋ ਜਾਏਗੀ ਤਾਂ ਜ਼ਮੀਨ ਵਕਫ ਬੋਰਡ ਨੂੰ ਮਿਲ ਜਾਵੇਗੀ। ਸਾਡੇ ਪਿੰਡ ਦੀ ਤਾਂ ਕਿਸੇ ਦੀ ਖਾਸ ਕੋਈ ਦਿਲਚਸਪੀ ਨਹੀਂ, ਨਾ ਤਾਂ ਮਸਜਿਦ ਬਣਾਉਣ ਵਿੱਚ ਅਤੇ ਕਦੋਂ ਬਣੇਗੀ, ਕਿਵੇਂ ਬਣੇਗੀ, ਇਸ ਤਰ੍ਹਾਂ ਦੀ ਕਿਸੇ ਯੋਜਨਾ ਵਿੱਚ ਵੀ। ਮੁਸਲਮਾਨਾਂ ਦੇ ਆਗੂ ਵਾਰੀ ਵਾਰੀ ਇਹ ਗੱਲ ਅੰਡਰਲਾਈਨ ਕਰਦੇ ਨੇ ਕਿ ਇਹ ਮੂਲ ਮਸਜਿਦ ਦੀ ਥਾਂ ਤੋਂ 25 ਕਿਲੋਮੀਟਰ ਦੂਰ ਦਾ ਇੱਕ ਪਲਾਟ ਹੈ, ਉਹ ਵੀ ਖੇਤਾਂ ਦੇ ਵਿੱਚ, ਜਿੱਥੇ ਮਸਜਿਦ ਤਾਂ ਬਣਾਈ ਜਾਵੇਗੀ ਪਰ ਬਾਬਰੀ ਮਸਜਿਦ ਨੂੰ ਢਾਏ ਜਾਣ ਦਾ ਮੁਆਵਜ਼ਾ ਇਸ ਨੂੰ ਨਹੀਂ ਮੰਨਿਆ ਜਾ ਸਕਦਾ। ਅਯੋਧਿਆ ਵਿੱਚ ਬਾਬਰੀ ਮਸਜਿਦ ਦੀ ਜ਼ਮੀਨ ਦੇ ਮਾਲਕਾਨਾ ਹੱਕ ਨੂੰ ਲੈ ਕੇ ਕੇਸ ਵਿੱਚ ਪਾਰਟੀ ਰਹੇ ਹਾਜੀ ਮਹਿਬੂਬ ਕਹਿੰਦੇ ਨੇ, ਇੰਨੀ ਦੂਰ ਜ਼ਮੀਨ ਦੇਣ ਦਾ ਕੀ ਮਤਲਬ ਹੈ? ਅਯੋਧਿਆ ਦੇ ਮੁਸਲਮਾਨ ਇੱਥੇ ਆ ਕੇ ਨਮਾਜ਼ ਨਹੀਂ ਪੜ੍ਹ ਸਕਦੇ? ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਸਾਨੂੰ ਜ਼ਮੀਨ ਨਹੀਂ ਚਾਹੀਦੀ। ਹਾਂ, ਦੇਣੀ ਹੈ ਤਾਂ ਅਯੋਧਿਆ ਵਿੱਚ ਦਿਓ ਜਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਦਿਓ। ਐਸੇ ਮਾਮਲੇ ਵਿੱਚ ਇੱਕ ਹੋਰ ਪਾਰਟੀ ਰਹੇ ਇਕਬਾਲ ਅੰਸਾਰੀ, ਉਹ ਧੰਨੀਪੁਰ ਵਿੱਚ ਦਿੱਤੀ ਜ਼ਮੀਨ ਨੂੰ ਬਹੁਤਾ ਤਵੱਜੋ ਨਹੀਂ ਦਿੰਦੇ। ਉਹ ਕਹਿੰਦੇ ਨੇ ਬਾਬਰੀ ਮਸਜਿਦ ਅਯੋਧਿਆ ਵਿੱਚ ਸੀ, ਉਹਦੇ ਲਈ ਜ਼ਮੀਨ ਵੀ ਉੱਥੇ ਹੀ ਦੇਣੀ ਚਾਹੀਦੀ ਸੀ, ਪਹਿਲਾਂ ਮੌਜੂਦ ਕਿਸੇ ਹੋਰ ਮਸਜਿਦ ਨੂੰ ਵਿਕਸਿਤ ਕਰ ਲੈਂਦੇ। ਜੇ ਸਰਕਾਰ ਅਯੋਧਿਆ ਵਿੱਚ ਜ਼ਮੀਨ ਨਹੀਂ ਦਿੰਦੀ ਤਾਂ ਲੋਕ ਘਰੇ ਨਮਾਜ਼ ਪੜ੍ਹ ਲੈਣਗੇ। 25-30 ਕਿਲੋਮੀਟਰ ਦੂਰ ਜ਼ਮੀਨ ਦੇਣ ਦਾ ਕੋਈ ਮਤਲਬ ਨਹੀਂ, ਧੰਨੀਪੁਰ ਵਿੱਚ ਮਸਜਿਦ ਨੂੰ ਲੈ ਕੇ ਕਿਸੇ ਦੀ ਕੀ ਦਿਲਚਸਪੀ ਹੋਏਗੀ? ਵੈਸੇ ਵੀ ਇੱਥੇ ਨੇੜੇ ਤੇੜੇ ਹੋਰ ਵੀ ਕਈ ਮਸਜਿਦਾਂ ਨੇ। ਹਾਲਾਂਕਿ ਇਹ ਗੱਲ ਵੀ ਅੰਡਰਲਾਈਨ ਕੀਤੀ ਜਾ ਰਹੀ ਹੈ ਕਿ ਸਰਕਾਰ ਨੇ ਜਿੱਥੇ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ ਉਹ ਮੁਸਲਮਾਨ ਬਹੁਗਿਣਤੀ ਪਿੰਡ ਹੈ ਅਤੇ ਨੇੜੇ ਇੱਕ ਦਰਗਾਹ ਵੀ ਹੈ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ। ਪਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਕਈ ਮੈਂਬਰ ਵੀ ਸੂਬਾ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਰਹੇ ਅਤੇ ਸੁੰਨੀ ਵਕਫ ਬੋਰਡ ਨੂੰ ਇਹ ਕਿਹਾ ਕਿ ਇਸ ਜ਼ਮੀਨ ਨੂੰ ਸਰਕਾਰ ਤੋਂ ਨਾ ਲਵੇ। ਪਰ ਸੁੰਨੀ ਵਕਫ ਬੋਰਡ ਨੇ ਜ਼ਮੀਨ ਦੇਣ ਦੀ ਜਿਹੜੀ ਪੇਸ਼ਕਸ਼ ਸੀ ਅਖੀਰ ਉਹ ਸਵੀਕਾਰ ਕਰ ਲਈ ਅਤੇ ਹੁਣ ਮਸਜਿਦ ਬਣਾਉਣ ਦੀ ਤਿਆਰੀ ਕਰੇਗਾ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਇੱਕ ਸੀਨੀਅਰ ਮੈਂਬਰ ਨੇ ਮੌਲਾਨਾ ਯਾਸੀਨ ਉਸਮਾਨੀ, ਉਹ ਕਹਿੰਦੇ ਨੇ ਸੁੰਨੀ ਵਕਫ ਬੋਰਡ ਮੁਸਲਮਾਨਾਂ ਦਾ ਨੁਮਾਇੰਦਾ ਨਹੀਂ ਹੈ, ਸਰਕਾਰ ਦੀ ਇੱਕ ਸੰਸਥਾ ਹੈ। ਅਸੀਂ ਵਕਫ ਬੋਰਡ ਨੂੰ ਕਿਹਾ ਸੀ ਕਿ ਜ਼ਮੀਨ ਨਾ ਲਵੇ, ਪਰ ਹੁਣ ਜਦੋਂ ਜ਼ਮੀਨ ਲੈ ਹੀ ਲਈ ਹੈ ਤਾਂ ਇਹਨੂੰ ਸਾਰੇ ਮੁਸਲਮਾਨਾਂ ਦਾ ਫੈਸਲਾ ਨਹੀਂ ਸਮਝਿਆ ਜਾਣਾ ਚਾਹੀਦਾ, ਇਹ ਵਕਫ ਬੋਰਡ ਦਾ ਫੈਸਲਾ ਹੈ। ਦੂਜੇ ਪਾਸੇ ਰਾਮ ਮੰਦਰ ਬਣਾਉਣ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ, ਇਤਿਹਾਸ ਦੁਬਾਰਾ ਲਿਖੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ।
6 ਦਸੰਬਰ 1992 ਨੂੰ ਕਾਰ ਸੇਵਕਾਂ ਦੀ ਇੱਕ ਭੀੜ ਨੇ 450 ਸਾਲ ਪੁਰਾਣੀ ਬਾਬਰੀ ਮਸਜਿਦ ਦੇ ਢਾਂਚੇ ਨੂੰ ਢਾ ਦਿੱਤਾ ਸੀ। ਉਸ ਵੇਲੇ ਯੂਪੀ ਵਿੱਚ ਭਾਜਪਾ ਦੀ ਕਲਿਆਣ ਸਿੰਘ ਦੀ ਸਰਕਾਰ ਸੀ ਅਤੇ ਇਸ ਤੋਂ ਬਾਅਦ ਰਾਜ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਉਸ ਵੇਲੇ ਦੇ ਪ੍ਰਧਾਨ ਮੰਤਰੀ ਸੀ ਕਾਂਗਰਸ ਦੇ ਪੀਵੀ ਨਰਸਿਮਹਾ ਰਾਓ। ਉਹਨਾਂ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਸੀ ਅਤੇ ਕਿਹਾ ਸੀ ਕਿ ਮਸਜਿਦ ਨੂੰ ਮੁੜ ਬਣਾਇਆ ਜਾਏਗਾ। ਪਰ ਉਦੋਂ ਤੋਂ ਲੈ ਕੇ 7 ਨਵੰਬਰ 2019 ਜਿਸ ਦਿਨ ਸੁਪਰੀਮ ਕੋਰਟ ਦਾ ਫੈਸਲਾ ਆਇਆ, ਇਹ ਮਾਮਲਾ ਅਦਾਲਤਾਂ ਵਿੱਚ ਹੀ ਰਿਹਾ।